ਸਰੀਆ ਦਿੱਲੀ ਨੇ ਬੁਲਾਇਆ ਸੀਬੀਆਈ ਨੇ ਕਿ ਆਓ ਜੀ ਤੁਹਾਡੀ ਕੋਈ ਆ ਸ਼ਰਾਬ ਘਟਾਲੇ ਚ ਪੁੱਛਗਛ ਕਰਨੀ ਆ ਉਦੋਂ ਸਾਰੇ ਪੰਜਾਬ ਦੇ ਇੱਕੋ ਰਾਗਵ ਚੱਡਾ ਜਾ ਕੇ ਉੱਥੇ ਬਹਿ ਕੇ ਅੱਖੇ ਜੀ ਇਹ ਤਾਂ ਆ ਲੋਕਤੰਤਰ ਦਾ ਕਹਾਣ ਹੋ ਰਿਹਾ ਮੈਨੂੰ ਤੁਸੀਂ ਦੱਸੋ ਵੀਰ ਜੀ ਕਿ ਪੰਜਾਬ ਦੇ ਵਿੱਚ ਧਰਨੇ ਲਾਉਣ ਵਾਲੇ ਵਿਅਕਤੀ ਤੁਸੀਂ ਚਕਾਉਂਦੇ ਆ ਤੁਸੀਂ ਪਰਚੇ ਕਰਾਉਂਦੇ ਆ ਉਦੋਂ ਤਾਂ ਲੋਕਤੰਤਰ ਨੂੰ ਬਹੁਤ ਤੁਸੀਂ ਫੁੱਲ ਲਾਉਂਦੇ ਆ ਜਦੋਂ ਤਾਂ ਤੁਸੀਂ ਪੰਜਾਬ 'ਚ ਕੋਈ ਬੰਦੇ ਤੇ ਕਾਰਵਾਈ ਕਰਾਉਂਦੇ ਆ ਵਿਜੀਲੈਂਸ ਜਿਹੜੀ ਕਹਿੰਦੇ ਜਾਂਚ ਕਰਾਉਂਦੇ ਆ ਉਦੋਂ ਤਾਂ ਪਾਰਟੀ ਚੰਗਾ ਕੰਮ ਕਰ ਰਹੀ ਆ ਜੇ ਹੁਣ ਭਾਜਪਾ ਵਾਲਿਆਂ ਨੇ ਕੇਸਰੀਵਾਲ ਨੂੰ ਸੱਬ ਲਿਆ ਉੱਥੇ ਜਾ ਕੇ ਪਿੰਜਰੀਆਂ ਭਰ ਬੈ ਕੇ ਹੁਣ ਤੁਸੀਂ ਤਾਰੀਆਂ ਮਾਰ ਕੇ ਕਵਾਲੀ ਗਾਈ ਜਾਂਦੇ ਆ ਇਹਦਾ ਕੀ ਮਤਲਬ ਆ ਜੇਕਰ ਤੁਸੀਂ ਕਹਿੰਦੇ ਆ ਕਿ ਬੀਜੇਪੀ ਗਲਤ ਕਰ ਰਹੀ ਆ ਕੇਸਰੀਆਲ ਨਾਲ ਕੇਸਰੀਆਲ ਸਹੀ ਆ ਫਿਰ ਅਸੀਂ ਕਿਵੇਂ ਮੰਨਗੇ ਵੀ ਚਰਨਜੀਤ ਚੰਨੀ ਗਲਤ ਆ ਅਸੀਂ ਕਿਵੇਂ ਮੰਨਗੇ ਵੀ ਜਿਹੜੇ ਚਾਹ ਅਕਾਲੀ ਦਲ ਨੂੰ ਤੁਸੀਂ ਕਹਿ ਰਹੇ ਆ ਅਸੀਂ ਜੇਲਾ ਚ ਦੇਣਾ ਜੇਕਰ ਤੁਸੀਂ ਕਹਿ ਰਹੇ ਆ ਕਾਂਗਰਸ ਸਿੰਘ ਨੂੰ ਜੇਲਾ ਚ ਜੇਣਾ ਪੰਜਾਬ ਚੋਂ ਬੀਜੇਪੀ ਵਾਲਿਆਂ ਨੂੰ ਜੇਲਾ ਚ ਦੇਣਾ ਆ ਜਿਹੜੇ ਹੋਰ ਕਈ ਪਾਰਟੀਆਂ ਦੇ ਜੇਲਾ ਚ ਦੇਣਾ ਫਿਰ ਅਸੀਂ ਕਿਵੇਂ ਮੰਨ ਲਈ ਆ ਵੀ ਤੁਸੀਂ ਸਹੀ ਆ ਜੇਕਰ ਤਾਂ ਕੇਸਰੀਆਲ ਤੁਹਾਡਾ ਸੱਚਾ ਉਨੇ ਕੋਈ ਘਟਾਲਾ ਨਹੀਂ ਕੀਤਾ ਮੈਂ ਨਹੀਂ ਕਹਿੰਦਾ ਕੀਤਾ ਹੈ ਨਹੀਂ ਕੀਤਾ ਉਹਨੂੰ ਸੀਬੀਆਈ ਨੇ ਬੁਲਾਇਆ ਸੀ ਇਹ ਗੱਲ ਤੁਸੀਂ ਕਹਿੰਨੇ ਆ ਕਿ ਬੀਜੇਪੀ ਗਲਤ ਕਰ ਰਹੀ ਆ ਆਪਦੀ ਆਕੜ ਵਿਖਾ ਰਹੀ ਆ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਆਕੜ ਵਿਖਾ ਰਹੇ ਆ ਲੋਕਾਂ ਨੂੰ ਇਹ ਵੀ ਕਹਿ ਦੇਵਾਂ ਕਿ ਜੇਕਰ ਕਿਸੇ ਨੇ ਮੇਲੇ ਕਰਾਉਂਦਾ ਜਿਹੜਾ ਕੋਈ ਮੇਰੀ ਗੱਲ 'ਚ ਗੌਰ ਕਰ ਲਵੇ ਜਿਹੜਾ ਕੋਈ ਵਿਅਕਤੀ ਅਖਾੜੇ ਖੂੜੇ ਲਵਾਉਂਦਾ ਉਹਦੇ ਵਿਆਹ ਸ਼ਾਦੀਆਂ 'ਚ ਭਾਈ ਸਾਹਿਬ ਕਵਾਲ ਬੜੇ ਚੰਗੇ ਆਏ ਆ ਬਿਨਾ ਸਾਜ਼ਾਂ ਤੋਂ ਗਾਉਂਦੇ ਆ ਕੋਈ ਸਾਜ਼ ਨਹੀਂ ਲਾਉਂਦੇ ਪਰ ਉਹਨਾਂ ਦਾ ਪੈਸਾ ਬਹੁਤ ਜ਼ਿਆਦਾ ਆ ਉਹ ਤੁਹਾਨੂੰ ਭਰਨ ਔਖਾ ਹੋ ਜਾਣਾ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਨਾ ਪਹਿਲਾਂ ਸੁਣ ਲੋ ਜੇ ਠਹਿਰ ਜੋ ਬਿਨਾਂ ਸਾਜ਼ਾਂ ਤੋਂ ਆ ਜਿਹੜਾ ਬੇਲੀ ਬੈਠਾ ਇੱਕ ਮੈਂ ਹੁਣ ਥੱਲੇ ਚਰਨਜੀਤ ਸਿੰਘ ਚੰਡੀ ਦੇ ਬਾਰੇ ਹੋਰ ਗੱਲਾਂ ਕਰਨੀਆਂ ਹੁਣ ਜਦੋਂ ਇਹਨਾਂ ਦਾ ਕੇਸਰੀਆ ਦਿੱਲੀ ਨੇ ਬੁਲਾਇਆ ਸੀਬੀਆਈ ਨੇ ਕਿ ਆਓ ਜੀ ਤੁਹਾਡੀ ਕੋਈ ਆ ਸ਼ਰਾਬ ਘਟਾਲੇ ਚ ਪੁੱਛਗਛ ਕਰਨੀਆਂ ਉਦੋਂ ਸਾਰੇ ਪੰਜਾਬ ਦੇ ਇੱਕੋ ਰਾਗਵ ਚੱਡਾ ਜਾ ਕੇ ਉੱਥੇ ਬਹਿ ਕੇ ਅੱਖੇ ਜੀ ਇਹ ਤਾਂ ਆ ਲੋਕਤੰਤਰ ਦਾ ਕਹਾਣ ਹੋ ਰਿਆ ਐ ਹੋ ਰਿਆ ਲੋਕਤੰਤਰ ਤੋਂ ਸਮਾਪਤ ਹੋ ਗਿਆ ਮੈਨੂੰ ਤੁਸੀਂ ਦੱਸੋ ਵੀਰ ਜੀ ਕਿ ਪੰਜਾਬ ਦੇ ਵਿੱਚ ਧਰਨੇ ਲਾਉਣ ਵਾਲੇ ਵਿਅਕਤੀ ਜਦੋਂ ਇੱਥੇ ਧਰਨੇ ਲਾਉਣ ਵਾਲੇ ਵਿਅਕਤੀ ਤੁਸੀਂ ਚਕਾਉਨੇ ਆ ਤੁਸੀਂ ਪਰਚੇ ਕਰਾਉਨੇ ਆ ਉਦੋਂ ਤਾਂ ਲੋਕਤੰਤਰ ਨੂੰ ਬਹੁਤ ਤੁਸੀਂ ਫੁੱਲ ਲਾਉਨੇ ਆ ਮੈਨੂੰ ਹੁਣ ਤੁਸੀਂ ਦੱਸੋ ਜਦੋਂ ਤਾਂ ਤੁਸੀਂ ਪੰਜਾਬ 'ਚ ਕੋਈ ਬੰਦੇ ਦੇ ਕਾਰਵਾਈ ਕਰਾਉਨੇ ਆ ਵਿਜੀਲੈਂਸ ਜਿਹੜੀ ਕਹਿੰਦੇ ਜਾਂਚ ਕਰਾਉਨੇ ਆ ਉਦੋਂ ਤਾਂ ਪਾਲਤੀ ਚੰਗਾ ਕੰਮ ਕਰ ਰਹੀ ਆ ਜੇ ਹੁਣ ਭਾਜਪਾ ਵਾਲਿਆਂ ਨੇ ਕੇਸਰੀਵਾਲ ਨੂੰ ਸੱਦ ਲਿਆ ਉਥੇ ਜਾ ਕੇ ਪਿੰਜਰੀਆਂ ਭਰ ਬੈ ਕੇ ਹੁਣ ਤੁਸੀਂ ਤਾਰੀਆਂ ਮਾਰ ਕੇ ਕਵਾਲੀ ਗਾਈ ਜਾਂਦੇ ਆ ਇਹਦਾ ਕੀ ਮਤਲਬ ਆ ਇਹ ਜਾਤ ਜੇਕਰ ਭਾਜਪਾ ਜੇਕਰ ਤੁਸੀਂ ਕਹਿੰਨੇ ਆ ਕਿ ਭਾਜਪਾ ਗਲਤ ਕਰ ਰਹੀ ਆ ਕੇਸਰੀਵਾਲ ਨਾਲ ਕੇਸਰੀਵਾਲ ਸਹੀ ਆ ਫਿਰ ਅਸੀਂ ਕਿਵੇਂ ਮੰਨ ਲਗੇ ਵੀ ਚਰਨਜੀਤ ਚੰਨੀ ਗਲਤ ਆ ਅਸੀਂ ਕਿਵੇਂ ਮੰਨ ਲਗੇ ਵੀ ਜਿਹੜਾ ਚਾਹ ਅਕਾਲੀ ਦਲ ਨੂੰ ਤੁਸੀਂ ਕਹਿ ਰਹੇ ਆ ਅਸੀਂ ਜੇਲਾ ਚ ਦੇਣਾ ਜੇਕਰ ਤੁਸੀਂ ਕਹਿ ਰਹੇ ਆ ਕਾਂਗਰਸ ਸਿੰਘਾਂ ਨੂੰ ਜੇਲਾ ਚ ਜੇਣਾ ਪੰਜਾਬ ਚੋਂ ਬੀਜੇਪੀ ਵਾਲਿਆਂ ਨੂੰ ਜੇਲਾ ਚ ਦੇਣਾ ਆ ਜਿਹੜੇ ਹੋਰ ਕਈ ਪਾਰਟੀਆਂ ਦੇ ਜੇਲਾ ਚ ਦੇਣਾ ਫਿਰ ਅਸੀਂ ਕਿਵੇਂ ਮੰਨ ਲਈ ਆ ਵੀ ਤੁਸੀਂ ਸਹੀ ਆ ਜੇ ਕਰ ਤਾਂ ਕੇਸਰੀ ਆ ਤੁਹਾਡਾ ਸੱਚਾ ਉਨੇ ਕੋਈ ਘਟਾਲਾ ਨਹੀਂ ਕੀਤਾ ਮੈਂ ਨਹੀਂ ਕਹਿੰਦਾ ਕੀਤਾ ਹੈ ਨਹੀਂ ਕੀਤਾ ਉਹਨੂੰ ਸੀਬੀਆਈ ਨੇ ਬੁਲਾਇਆ ਸੀ ਇਹ ਗੱਲ ਤੁਸੀਂ ਕਹਿੰਨੇ ਆ ਕਿ ਬੀਜੇਪੀ ਗਲਤ ਕਰ ਰਹੀ ਆ ਆਪਦੀ ਆਕੜ ਵਿਖਾ ਰਹੀ ਆ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਆਕੜ ਵਿਖਾ ਰਹੇ ਆ ਹੁਣ ਆ ਗਈ ਚਰਨਜੀਤ ਸਿੰਘ ਚੰਨੀ ਦੇ ਪਰੌਠਿਆਂ ਦੀ ਗੱਲ ਉਹ ਤਾਂ 3 ਮਹੀਨੇ ਰਿਹਾ ਸੀ ਨਾਲੇ ਉਹ ਪਰੋਠੇ ਇਹ ਬਣਿਆ 1 April 2021 ਤੋਂ ਲੈ ਕੇ 31 March 2022 ਤੱਕ ਦੇ ਜਿਹੜਾ ਖਰਚਾ ਸੀ ਜਿਹਦੇ ਵਿੱਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵਿੱਚ ਆਉਂਦਾ ਨਾਮ ਕਿਹਦਾ ਜਾ ਦੇ ਬਸਰਾ ਚਰਨਜੀਤ ਸਿੰਘ ਚੰਨੀ ਦਾ ਹੁਣ ਮੈਂ ਵਿੱਚ ਇਹ ਗੱਲ ਕਰ ਦੇਵਾਂ ਕਿ ਜਿਹੜਾ ਇਹ ਭਗਵੰਤ ਮਾਨ ਆ ਇਹਦੇ ਨਾਲ 110 ਗੱਡੀਆਂ ਹੁੰਦੀਆਂ ਇਹ ਗੱਡੀ ਵੀ 4000 ਰੁਪਏ ਦਾ ਤੇਲ ਪੀਵੇ 10 ਗੱਡੀਆਂ 40000 ਦਾ ਤੇਲ ਪਿੰਦੀਆਂ ਤੇ ਜੇਕਰ ਗੱਲ ਕਰੀਏ 110 ਗੱਡੀਆਂ ਦੀ 440000 ਰੁਪਿਆ ਬਣਿਆ ਇਹਨਾਂ ਦੀ 110 ਗੱਡੀਆਂ ਦਾ ਦੱਸੋ ਇੰਨਾ ਖਰਚਾ ਇੱਕ ਦਿਨ 'ਚ ਕਿਹੜੇ ਮੁੱਖ ਮੰਤਰੀ ਨੇ ਕੀਤਾ ਕੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤਾ ਤੇਲ ਦਾ ਖਰਚਾ ਇੰਨੀਆਂ ਗੱਡੀਆਂ ਸੀ ਨਾਲ ਇਹਨਾਂ ਦੀ ਜਿਹੜੀ ਵਾਈਫ ਦੇ ਨਾਲ ਗੱਡੀਆਂ ਗਨਮੈਨ ਵੱਖਰੇ ਕਦੇ ਤਾਂ ਤੁਸੀਂ ਬਾਦਲਾ ਤੋਂ ਉਂਗਲਾ ਚੱਕਦੇ ਹੁੰਦੇ ਸੀ ਅੱਜ ਤੁਹਾਡੇ ਨਾਲ ਸਿੱਧੇ ਗਨਮੈਨ ਤੁਰੇ ਫਿਰਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਉਹ ਆਪ ਜਿਹੜਾ ਕਹੋ ਕਦੇ ਐਮਐਲਏ ਹੁੰਦੇ ਸੀ ਹੁਣ ਐਮਪੀ ਆ ਉਹਨਾਂ ਨਾਲ ਗਨਮੈਨ ਤਾਂ ਸਖਬੀਰ ਬਾਦਲ ਦੀ ਗੱਲ ਕਰਕੇ ਖੁਦ ਸੱਤਾ ਦੇ ਵਿੱਚ ਰਿਆ ਐਮਪੀ ਆ ਉਹਦੇ ਨਾਲ ਗਨਮੈਂਤਾਂ ਤੁਹਾਡੀ ਵਾਈਫ ਦੇ ਕਿਹੜੇ ਕੀ ਉਦੋਂ ਦੇ ਕੋ ਸਰਪੰਚ ਤੱਕ ਨਹੀਂ ਇੱਕ ਪੰਜਾਬ ਦੇ ਉਹਨਾਂ ਕੋਲ ਕੀ ਉਦਦਾ ਤੁਹਾਡੀ ਭੈਣ ਜੀ ਕੋਲ ਕੀ ਉਦਦਾ ਤੁਹਾਡੀ ਮਾਤਾ ਜੀ ਕੋਲ ਕੀ ਉਦਦਾ ਜਿਹੜੇ ਜਾ ਕੇ ਚੇਅਰਮੈਨ ਦੀਆਂ ਕੁਰਸੀਆਂ ਸਿੱਧਾ ਜਾ ਕੇ ਬਹਿ ਜਾਂਦੇ ਸੀ ਇੱਥੋਂ ਪਤਾ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਾਕਈ ਜਾਤੀ ਤੌਰ ਤੇ ਕੰਮ ਹੋ ਰਿਹਾ ਨਾਲੇ ਹੁਣ ਚਰਨਜੀਤ ਸਿੰਘ ਚੰਨੀ ਦੇ ਮਗਰ ਕਾਹ ਤੋਂ ਪਏ ਮੈਂ ਅਕਸਰ ਧਰਨੇਆਂ 'ਚ ਜਾਨਣਾ ਰਹਿਣਾ ਪੰਜਾਬ ਦੇ ਲੋਕੋ ਮੈਂ ਕੋਈ ਪੱਖ ਨਹੀਂ ਲੈ ਰਿਆ ਚਰਨਜੀਤ ਸਿੰਘ ਚੰਨੀ ਦਾ ਤੁਸੀਂ ਪੰਜਾਬ ਦੇ ਕੋਲ ਕਿਸੇ ਵਿਅਕਤੀ ਕੋਲ ਗੱਲ ਕਰੋ ਜੇ ਜਿਹੜਾ ਕੋਈ ਪਾਰਟੀ ਬਾਜੀ ਨਾਲ ਨਾ ਸਬੰਧਤ ਹੋਇਆ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਉਹ ਕਹਿੰਦਾ ਯਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਹੀ ਸੀ ਮੈਂ ਸੁਣਦਾ ਰਹਿਣਾ ਅਕਸਰ ਧਰਨੇਆਂ 'ਚੋਂ ਗੱਲ ਮੈਨੂੰ ਲੱਗ ਰਿਹਾ ਕਿ ਸੀਆਈਡੀ ਰਿਪੋਰਟਾਂ ਹੋ ਰਹੀਆਂ ਇਹਨਾਂ ਨੂੰ ਜਿਹਦੇ ਕਰਕੇ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਨੂੰ ਜਾ ਕੇ ਜੇਲ੍ਹ ਚ ਠੰਡਾ ਕਰ ਗਏ ਤਾਂ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਐਸਸੀ ਮੁੱਖ ਮੰਤਰੀ ਬਣ ਦਾ ਕੋਈ ਚਾਵਾ ਨਾ ਹੋਵੇ ਮੈਂ ਇੱਥੇ ਕਹੂੰਗਾ ਕਿ ਜਾਤੀ ਰਾਜਨੀਤੀ ਹੋ ਰਹੀ ਆ ਜਿਹੜੇ ਕਹਿਣਗੇ ਵੀ ਜਾਤੀ ਰਾਜਨੀਤੀ ਨਹੀਂ ਹੁੰਦੀ ਤਾਂ ਮੈਂ ਕਹੂੰਗਾ ਪਾਰਟੀ ਦੇ ਵਿੱਚ ਐਸਸੀ ਵਿੰਗ ਦਾ ਪੰਜਾਬ ਪ੍ਰਧਾਨ ਹੁੰਦਾ ਬੀਸੀ ਵਿੰਗ ਦਾ ਪੰਜਾਬ ਪ੍ਰਧਾਨ ਹੁੰਦਾ ਕਈ ਅਹੁਦੇਦਾਰੀਆਂ ਹੁੰਦੀਆਂ ਤੇ ਇਹਨਾਂ ਨੇ ਤਾਂ ਖੜੀ ਬਾਜ਼ੀਗਰ ਵਿੰਗ ਵੀ ਬਣਾਤਾ ਸੀ ਆਮ ਪਾਰਟੀ ਵਾਲਿਆਂ ਨੇ ਏ ਬੀਜਪੀ ਵਾਲਿਆਂ ਨੂੰ ਕਹਿੰਦੇ ਹੁੰਦੇ ਆ ਹਮ ਜਾਤੀ ਪਰ ਰਾਜਨੀਤੀ ਨਹੀਂ ਕਰਤੇ ਹਮ ਧਰਮ ਪਰ ਰਾਜਨੀਤੀ ਨਹੀਂ ਕਰਤੇ ਹਾਂ ਤੇ ਮੈਨੂੰ ਤੁਸੀਂ ਦਿਓ ਤੁਸੀਂ ਦੱਸੋ ਗੱਲ ਦਾ ਜਵਾਬ ਦਿਓ ਕਿ ਐਸਸੀ ਪ੍ਰਧਾਨ ਤੁਹਾਡੇ ਚੋਣਾ ਬੀਸੀ ਪ੍ਰਧਾਨ ਤੁਹਾਡੇ ਚੋਣਾ ਤੇ ਤੁਸੀਂ ਕਹਿੰਨੇ ਆ ਬਸ ਚੱਜ ਮੈਂ ਕੇਸਰੀਵਾਲ ਨੂੰ ਇੱਕ ਸਾਫਤ ਕਰ ਲੱਗਿਆ ਮੈਂ ਕਿਵੇਂ ਮੰਨ ਲਾ ਕਿ ਕੇਸਰੀਵਾਲ ਸੱਚਾ ਮੈਂ ਕਿਵੇਂ ਮੰਨਾਂ ਕੇਸਰੀਵਾਲ ਸੱਚਾ ਸੱਤਾ ਤੋਂ ਉਨ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ 2022 ਚ ਸਰਕਾਰ ਬਣੀ ਜਿਹੜਾ ਡਿਪਟੀ ਸੀਐਮ ਹੋਊਗਾ ਉਪ ਮੁੱਖ ਮੰਤਰੀ ਉਹ ਦਲਿਤ ਪਰਿਵਾਰ ਚੋਂ ਲਾਇਆ ਜਾਊਗਾ ਮੈਨੂੰ ਦੱਸੋ ਕਿਹੜੇ ਸਿ ਭਾਈਚਾਰੇ ਦੇ ਵਿੱਚੋਂ ਉਹਨਾਂ ਚੀਫ ਮਿਨਿਸਟਰ ਲਾਇਆ ਬਈ ਦੱਸੋ ਦੱਸੋ ਕਿਵੇਂ ਮੰਨਣਗੇ ਅਸੀਂ ਤੁਹਾਡੀ ਬੀਬਨ ਮੋਲ ਗਗਨਮਾਨ ਦਾ ਸੱਚ ਮੰਨਣੀਏ ਜਿਹੜੇ ਕਦੇ ਚੁਟਕੀਆਂ ਮਾਰ ਕੇ ਸਰਕਾਰ ਬਣਾ ਗਏ ਤੇ ਜਦੋਂ ਵਾਰੀ ਆਈ ਆਪਦੀ ਨੀਵੀਂ ਪਾ ਕੇ ਸਾਰ ਕੇ ਮੂੰਹ ਭਰਾ ਕਰਕੇ ਲੈ ਗਏ ਅਸੀਂ ਉਹਨਾਂ ਦੀ ਗੱਲ ਮੰਨਣੀਏ ਇਹ ਝੂਠਾ ਭਗਵੰਤ ਮਾਨ ਜੀ ਜੇਕਰ ਕੋਈ ਐਸੀ ਮੁੱਖ ਮੰਤਰੀ ਬਣਿਆ ਜੇ ਉਹਨੂੰ ਯਾਰ ਕਿਉਂ ਤੂੰ ਡਬੋਚਨ ਦੀ ਕੋਸ਼ਿਸ਼ ਕਰ ਰਿਹਾ ਕਿ ਐਸੀ ਉਹਦਾ ਕੀ ਹੈ ਕਸੂਰ ਉਹਦਾ ਕਿਹਨੇ ਚਿੱਠੀ ਪਾਈ ਆ ਪ੍ਰਮਾਤਮਾ ਨੂੰ ਕਿ ਮੈਨੂੰ ਮਾਨਾਂ ਦੇ ਘਰੇ ਭੇਜੀ ਕਿਹਨੇ ਚਿੱਠੀ ਪਾਈ ਆ ਕਿ ਮੈਨੂੰ ਬਾਜਵਿਆ ਦੇ ਘਰੇ ਭੇਜੀ ਕਿ ਰਾਜੇ ਵੜਿੰਗ ਨੇ ਚਿੱਠੀ ਪਾਈ ਸੀ ਮੈਨੂੰ ਵੜਿੰਗ ਪਿੰਡ ਵਿੱਚ ਭੇਜੀ ਮੈਂ ਕੋ ਉਦਾਹਰਨ ਦੇ ਰਿਹਾ ਕਿ ਸੁਖਬੀਰ ਬਾਦਲ ਨੇ ਚਿੱਠੀ ਭੇਜੀ ਸੀ ਮੈਨੂੰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਭੇਜੀ ਕਿ ਮੈਂ ਚਿੱਠੀ ਪਾਈ ਸੀ ਮੈਨੂੰ ਗੁਰਪ੍ਰੀਤ ਸਿੰਘ ਦੇ ਘਰੇ ਭੇਜੀ ਇਹ ਭਾਈ ਸਾਹਿਬ ਆਪਾ ਇਨਸਾਨ ਆ ਉਹਨੂੰ ਐਸੀ ਵੇਖ ਕੇ ਕਿਉਂ ਮਾਰੀ ਜਾਂਦਾ ਮੈਂ ਤੇਰੇ ਅੱਗੇ ਬੇਨਤੀ ਕਰਦਾ ਕਿ ਜੇ ਕਰ ਕੋਈ ਉਹਦਾ ਕਸੂਰ ਆ ਕਾਰਵਾਈ ਕਰਨੀ ਆ ਤਾਂ ਸਾਰੇ ਮੁੱਖ ਮੰਤਰੀਆਂ ਤੇ ਕਰ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਕੇ ਪਰਿਵਾਰ ਹੋਵੇ ਚਾਹੇ ਉਹ ਵੇ ਕੈਪਟਨ ਮਰਿੰਦਰ ਸਿੰਘ ਦਾ ਚਾਹੇ ਹੋਵੇ ਚਰਨਜੀਤ ਸਿੰਘ ਚੰਨੀ ਦਾ ਪਰ ਐਸੀ ਕਰਕੇ ਵੇਖੋ 10 ਸਾਲਾਂ ਦੇ ਮੁੱਖ ਮੰਤਰੀਆਂ ਨੂੰ ਕੋਈ ਪੁੱਛਦਾ ਨਹੀਂ ਜਿਹੜਾ 4.5 ਸਾਲ ਮੁੱਖ ਮੰਤਰੀ ਰਹਿ ਗਿਆ ਉਹਨੂੰ ਵੀ ਕੋਈ ਨਹੀਂ ਪੁੱਛਦਾ ਜਿਹੜਾ 3 ਮਹੀਨੇ ਰਹਿ ਕੇ ਗਿਆ ਉਹਨੂੰ ਐਡਾ ਕਿਹੜਾ ਇਹੋ ਜਿਹਾ ਪੰਜਾਬ ਦਾ ਮੂੰਹ ਕਰਕੇ ਕਿਹੜਾ ਇੰਗਲੈਂਡ ਨੂੰ ਮੂੰਹ ਕਰਤਾ ਬਈ ਉਹਨੇ ਮੈਨੂੰ ਇਹ ਵੀ ਦੱਸ ਤੋ ਜਿਹੜੇ ਨੇ ਕੰਮ ਕੀਤੇ ਉਹ ਕਰੀ ਜਾਂਦੇ ਆ ਬਾਕੀ ਜਿਹੜੀਆਂ ਗੱਲਾਂ ਮੈਂ ਬਾਅਦ ਚ ਕਰੂੰਗਾ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਔਰ ਮੈਂ ਤੇ ਜਾਂਦਾ ਜਾਂਦਾ ਮੈਂ ਇੱਕ ਸਵਾਲ ਤੁਹਾਨੂੰ ਇਹ ਵੀ ਕਰ ਦਿੰਨਾ ਜਿਹੜੇ ਮੇਰੇ ਕੋਲ ਪਹੁੰਚੇ ਆ ਮੇਟਮਾ ਡਾਊਨਲੋਡ ਕੀਤੇ ਸੀਗੇ ਫੋਟੋਆਂ ਕਿਸੇ ਨੇ ਪਾਈਆਂ ਸੀਗਾ ਕਿ ਤੁਸੀਂ ਕੀ ਕੀਤਾ ਐਸ்சி ਪਰਿਵਾਰ ਨਾਲ ਮੈਂ ਇਥੇ ਸਬੂਤ ਇਹ ਵੀ ਦੇਣ ਲੱਗਿਆ ਕਿ ਭਗਵਾਨ ਤਮਨ ਦੀ ਸਰਕਾਰ ਐਸ்சி ਪਰਿਵਾਰਾਂ ਦੇ ਪਤਾ ਨਹੀਂ ਕਿਉਂ ਲੱਗਦੀ ਆ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਵਿੱਚ ਕਿਉਂ ਲੈ ਕੇ ਦਿੱਤਾ ਸੀ ਕਿ ਦਲਿਤ ਸਮਾਜ ਵਿੱਚ ਪੜ੍ਹੇ ਲਿਖੇ ਪੈਦਾ ਨਹੀਂ ਹੁੰਦੇ ਮੈਂ ਦੱਸੋ ਤੁਸੀਂ ਇਹ ਹੋ ਗਿਆ ਪਹਿਲਾ ਸਵਾਲ ਦੂਜਾ ਸਵਾਲ ਹੋ ਗਿਆ ਐਡਵੋਕੇਟ ਜਰਨਲ ਦੇ ਦਫ਼ਤਰ ਵਿੱਚ ਦਲਿਤ ਸਮਾਜ ਵਿੱਚੋਂ ਕਿਸੇ ਨੂੰ ਨਹੀਂ ਰੱਖਿਆ ਗਿਆ ਤੁਹਾਡੀ ਸਰਕਾਰ ਦਾ ਦਲਿਤ ਸਮਾਜ ਨਾਲ ਕੀ ਵਹਿਰ ਆ ਫਿਰ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਵਿੱਚ ਕਿਉਂ ਲੈ ਕੇ ਦਿੱਤਾ ਸੀ ਕਿ ਦਲਿਤ ਸਮਾਜ ਦੇ ਵਿੱਚ ਪੜ੍ਹੇ ਲਿਖੇ ਪੈਦਾ ਨਹੀਂ ਹੁੰਦੇ ਗਰ ਇੱਕ ਇੱਕ ਪਾਸੇ ਗੱਲ ਹੁੰਦੀ ਆ ਗਰੀਬਾਂ ਦੇ ਪਰਿਵਾਰਾਂ ਦੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਸੀ ਕਿ ਗਰੀਬਾਂ ਨੂੰ ਘਰ ਦੇਣ ਦੀ ਜਗ੍ਹਾ ਤੁਸੀਂ ਜਿਹੜਾ ਲਤੀਪੂਰਾ ਆ ਵਿੱਚ ਜਿਹੜਾ ਆਪਣੇ ਜਲੰਧਰ ਦੇ ਵਿੱਚ ਘਟਨਾ ਵਾਪਰੀ ਤੁਸੀਂ ਘਾਟਾ ਤਾਂ ਲੋਕੀ ਠੰਡਾਂ ਦੇ ਵਿੱਚ ਪਏ ਰਹੇ ਔਰ ਮੈਂ ਗੱਲ ਇੱਥੇ ਹੋਰ ਕਰ ਦੇਵਾਂ ਕਿ ਬੜੇ ਸਵਾਲ ਆ ਮੈਂ ਕਿਹੜੇ ਕਿਹੜੇ ਕਰੀ ਜਾਵਾਂ ਜਿਹੜੀ ਗੱਲ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜੋ ਕੰਮ ਹੋਏ ਆ ਉਹ ਚਲੋ ਫੋਟੋਆਂ ਜਿਹੜੀਆਂ ਕਹੋ ਮੈਂ ਡਾਊਨਲੋਡ ਕੀਤੀਆਂ ਸੀਗਾ ਬਾਕੀ ਇਹ ਪਰਮਾਤਮਾ ਜਾਣਦਾ ਪਰ ਜਿਹੜਾ ਤੁਹਾਡਾ ਐਸਸੀ ਭਾਈਚਾਰਣ ਜਦੋਂ ਦੇ ਤੁਸੀਂ ਆਏ ਆ ਵੇਖੋ ਮੈਂ ਕਹਿਣਾ ਹੁੰਨਾ ਗੱਲ ਕਰੋ ਗਰੀਬ ਦੀ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਪਰ ਇੱਕ ਤੁਸੀਂ ਕਿਉਂ ਇੱਕ ਬੰਦੇ ਨੂੰ ਵੇਖ ਕੇ ਉਹ ਥੱਲੇ ਸਿੱਟੀ ਜਾਂਦੇ ਆ ਕੱਲ ਨੂੰ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਪ੍ਰਕਾਸ਼ ਸਿੰਘ ਬਾਦਲ ਜੇਕਰ ਭਾਈ ਸਾਹਿਬ ਗੁੱਸਾ ਹੋਣ ਲੱਗੋ 2 ਮਿੰਟਾਂ ਜੇਕਰ ਭਰਾਓ ਤੇਰੀ ਬਰਾਦਰੀ ਦੇ ਦਾ ਮਤਲਬ ਇਹ ਨਹੀਂ ਕਿ ਉਹ ਦੁੱਧ ਤੋਤਾ ਹੋਊਗਾ ਜੇਕਰ ਕੈਪਟਨ ਮਰਿੰਦਰ ਸਿੰਘ ਆ ਕੋਈ ਉਹ ਦੁੱਧ ਤੋਤਾ ਨਹੀਂ ਹੋ ਸਕਦਾ ਜੇ ਚਰਨਜੀਤ ਸਿੰਘ ਚੰਨੀ ਜੇ ਕਹਾਂ ਐਸਸੀ ਪਰਿਵਾਰ ਦਾ ਤੇ ਕੋਈ ਉਹ ਵੀ ਦੁੱਧ ਤੋਤਾ ਨਹੀਂ ਹੋ ਸਕਦਾ ਮੈਂ ਇਹ ਵੀ ਗੱਲ ਵਿੱਚ ਕਹਿ ਰਿਹਾ ਪਰ ਜੇ ਕਰ ਕੁਝ ਗਲਤ ਕੀਤਾ ਤਾਂ 10 ਸਾਲ ਵਾਲੇ ਨੂੰ ਵੀ ਲਿਓ ਤੇ ਆ 4.5 ਸਾਲਾਂ ਵਾਲਾ ਨੂੰ ਵੀ ਲਿਓ ਤੇ 3 ਮਹੀਨੇ ਵਾਲਾ ਤੁਹਾਡੇ ਸਾਹਮਣੇ ਬੈਠਾ ਪਤਾ ਨਹੀਂ ਇਹੋ ਜਿਹਾ ਕੀ ਕੀਤਾ ਉਹ ਤਾਂ ਆਪਦੇ ਮੂੰਹ ਹੀ ਕਹਿ ਰਿਹਾ ਮੈਨੂੰ ਕੋਈ ਹੋਰ ਲਗਾਵ ਕੋਈ ਨਹੀਂ ਸਾਧੂ ਖੜਾ ਬਾਜ਼ਾਰ 'ਚ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ